ਸਰ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਰੋਡ ਜਾਮ ਕੀਤਾ ਗਿਆ ਜੀ? ਦੇਖੋ ਜੀ, ਜੋ ਤੁਹਾਡਾ ਚੈਨਲ ਆ ਲਗਾਤਾਰ ਇਸ ਮਸਲੇ ਦੇ ਵਿੱਚ ਜੁੜਿਆ ਹੋਇਆ, ਲਗਭਗ ਲੋਕਾਂ ਨੂੰ ਤੁਸੀਂ ਇਸ ਚੈਨਲ 'ਤੇ ਸਾਰਾ ਕੁਝ ਦਿਖਾ ਵੀ ਚੁੱਕੇ ਹੋ। ਸੋ ਕੱਲ੍ਹ ਵੀ ਜੋ ਲੱਖੇ ਦੀ ਲੜਕੀ ਦਾ ਕਤਲ ਹੋਇਆ ਨਰਾਇਣਗੜ੍ਹ ਸੋਹਣਿਆਂ ਦੇ ਲੋਕਾਂ ਵੱਲੋਂ, ਇੱਕ ਸਹੁਰਾ ਪਰਿਵਾਰ ਵੱਲੋਂ ਕੀਤਾ ਗਿਆ, ਉਸ ਨੂੰ ਮੁੱਖ ਰੱਖ ਕੇ ਉਸਦੇ ਕਾਤਲਾਂ ਨੂੰ ਗ੍ਰਿਫਤਾਰ ਕਰਾਉਣ ਲਈ ਅੱਜ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਜੋ ਕਿ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਲੋਕ ਬੈਠੇ ਨੇ। ਅਤੇ ਕੱਲ੍ਹ ਪ੍ਰਸ਼ਾਸਨ ਨੇ ਨਾ ਗੱਲ ਸੁਣੀ, ਇਸ ਕਰਕੇ ਅੱਜ ਇਹ ਰੋਡ ਜਾਮ ਕਰਨਾ ਪਿਆ। ਪਰ ਰੋਡ ਦੇ ਵਿੱਚ ਇੱਕ ਪਾਸਾ ਚਾਲੂ ਰੱਖਿਆ ਗਿਆ, ਇੱਕ ਪਾਸਾ ਕੇਵਲ ਜਾਮ ਕੀਤਾ ਗਿਆ। ਅਤੇ DSP ਸਾਹਿਬ ਗੱਲਬਾਤ ਕਰਨ ਲਈ ਪਹੁੰਚੇ ਨੇ, ਜਿਸ ਦੇ ਵਿੱਚ ਪਿੰਡ ਦੀ ਅਗਵਾਈ ਦੇ ਵਿੱਚ, ਲੱਖੇ ਨਗਰ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣ ਚੁੱਕੀ ਆ, ਜਿਸ ਦੇ ਵਿੱਚ ਲੜਕੀ ਦੇ ਪਰਿਵਾਰ ਦੇ 4-5 ਮੈਂਬਰ ਸ਼ਾਮਲ ਨੇ। ਅਤੇ ਕਮੇਟੀ ਜੋ ਗੱਲਬਾਤ ਕਰ ਰਹੀ ਆ, ਜਥੇਬੰਦੀਆਂ ਨੁਮਾਇੰਦੇ ਵੀ ਉਸਦੇ ਵਿੱਚ ਸ਼ਾਮਲ ਨੇ। ਜੋ ਕਮੇਟੀ ਫੈਸਲਾ ਲਵੇਗੀ ਉਹ ਸਾਰੀ ਸੰਗਤ ਨੂੰ ਸਿਰ ਮੱਥੇ ਪਰਵਾਰ ਮਿਲੇਗਾ। ਪਰਿਵਾਰ ਵੱਲੋਂ ਕੀ ਮੰਗ ਰੱਖੀ ਗਈ ਆ ਜੀ? ਪਰਿਵਾਰ ਵੱਲੋਂ ਇੱਕ ਤਾਂ ਜੀ, ਜੋ ਉਹਨਾਂ ਦੇ ਦੋਸ਼ੀ ਨੇ ਸਾਰੇ ਗ੍ਰਿਫਤਾਰ ਕੀਤੇ ਜਾਣ। ਦੂਸਰਾ, ਜੋ ਲੜਕੀ ਦੇ ਪਰਿਵਾਰਕ ਦੀ 7 ਕਰਾਣਾ ਜ਼ਮੀਨ ਲੜਕੇ ਦੇ ਪਰਿਵਾਰ ਨੇ ਆਪਣੇ ਨਾਂ ਕਰਵਾ ਲਈ, ਉਹ ਬਿਨਾਂ ਸ਼ਰਤ ਬਿਨਾਂ ਦੇਰੀ ਕੀਤੇ ਵਾਪਸ ਕੀਤੀ ਜਾਵੇ। ਅਤੇ ਜੋ ਵੀ ਉਹਨਾਂ ਦਾ ਹੋਰ ਖਰਚਾ ਆਇਆ ਹੋਇਆ, ਸੋ ਉਸ ਤਰੀਕੇ ਨਾਲ ਉਹਨਾਂ ਦੀ ਉਹ ਸੁਣਵਾਈ ਕੀਤੀ ਜਾਵੇ। ਪ੍ਰਸ਼ਾਸਨ ਨੂੰ ਕੀ ਵਿਸ਼ਵਾਸ ਦਾ ਹੁੰਦਾ ਜੀ? ਪ੍ਰਸ਼ਾਸਨ ਨਾਲ ਅਜੇ ਗੱਲਬਾਤ ਚੱਲ ਰਹੀ ਹੈ ਜੀ, ਜੋ ਵਿਸ਼ਵਾਸ ਦਵਾਏ ਜਾਂਦੇ ਉਹ ਤੁਹਾਨੂੰ ਦੱਸ। ਮੈਂ ਸੁਖਦੇਵ ਸਿੰਘ ਮਾਣੂਕੇ, ਜ਼ਿਲ੍ਹਾ ਸਕੱਤਰ, ਪਿੰਡ ਮਜ਼ਦੂਰ ਯੂਨੀਅਨ ਲੁਧਿਆਣਾ। ਬੇਨਤੀ ਹੈ ਜੀ, ਸਾਰੇ ਬੁਲਾਰੇ ਬੋਲ ਗਏ ਆ, ਬੋਲਣ ਵਾਲੀ ਸਿਰਫ ਇੱਕ ਗੱਲ ਜਿਹੜੀ ਮੁੱਖ ਰਹਿੰਦੀ ਆ ਵੀ ਇਹ ਜਿਹੜੀ ਲੜਕੀ ਭਗੌੜੀ ਹੈ ਕਿਉਂ ਨਹੀਂ ਫੜੀ ਜਾ ਰਹੀ? ਅਸਲ ਅਰਥਾਂ 'ਚ ਜਿਹੜੀ ਇਹ ਲੜਕੀ ਆ ਭਗੌੜੀ ਜਿਹਨੂੰ ਫੜ ਨਹੀਂ ਰਹੇ, ਇਹਦੀ ਰਿਸ਼ਤੇਦਾਰੀ ਪੁਲਿਸ ਵਾਲਿਆਂ ਦਾ ਕੋਈ ਪੁਲਿਸ ਦਾ ਅਫਸਰ ਆ ਉਹਦੇ ਨਾਲ ਆ, ਇਸ ਕਰਕੇ ਇਹ ਲੜਕੀ ਦਾ ਵਿਦੇਸ਼ ਦਾ ਵੀਜ਼ਾ ਲੱਗਿਆ ਹੋਇਆ, ਸ਼ਾਇਦ ਟਿਕਟ ਕਟਾ ਲਈ ਹੋਵੇ। ਸਾਨੂੰ ਖਾਸਤਾ ਇਹ ਹੈ ਵੀ ਸ਼ਾਇਦ ਇਹ ਪੁਲਿਸ ਨੂੰ ਕੱਢਣ ਦੀ ਮਤਲਬ ਫਰਾਕ 'ਚ ਆ ਵੀ ਇਹਨੂੰ ਕੱਢ ਦੇਈਏ ਕਿਵੇਂ ਨਾ ਕਿਵੇਂ ਬਾਹਰ, ਉਹ ਅੰਦਰ ਨਾ। ਇਸ ਕਰਕੇ ਪੁਲਿਸ ਇਹਦੇ 'ਚ ਮੁੱਖ ਦੋਸ਼ੀ ਆ, ਜਿਹੜੀ ਗੱਲ ਮੈਨੂੰ ਪਤਾ ਲੱਗੀ ਆ ਵੀ ਪੁਲਿਸ ਜਾਣ ਬੁੱਝ ਕੇ ਕੁੜੀ ਨੂੰ ਜਾਂ ਤਾਂ ਫੜ ਨਹੀਂ ਰਹੀ, ਉਹ ਕੱਢਣ ਨੂੰ ਫਿਰਦੀ ਆ। ਇਹ ਪੁਲਿਸ ਦਾ ਹੱਥ ਮੇਨ ਆ, ਮੈਂ ਪੁਲਿਸ ਨੂੰ ਦੋਸ਼ੀ ਕਹੂੰਗਾ। ਮੈਂ ਜੀ ਅਵਤਾਰ ਸਿੰਘ, ਜ਼ਿਲ੍ਹਾ ਪ੍ਰਧਾਨ, ਪਿੰਡ ਮਜ਼ਦੂਰ ਯੂਨੀਅਨ, ਜ਼ਿਲ੍ਹਾ ਲੁਧਿਆਣਾ। ਅੱਛਾ, ਤੁਸੀਂ ਅੱਜ ਲੜਕੀ ਦੇ ਹੱਕ 'ਚ ਆਏ ਹੋ, ਕੀ ਕਰਨਾ ਚਾਹੁੰਦੇ? ਅਸੀਂ ਜੋ ਸਾਡੀ ਬੇਟੀ ਪਿਛਲੇ ਦਿਨੀ ਵਿਆਹ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ, ਇਹ ਇੱਕ ਬਹੁਤ ਮਾੜੀ ਗੱਲ ਆ। ਅਤੇ ਪੁਲਿਸ ਪ੍ਰਸ਼ਾਸਨ ਨੇ ਜਿਹੜੀ ਢਿੱਲ ਵਰਤੀ ਆ ਵੀ ਹਜੇ ਤੱਕ ਸਾਰੇ ਦੋਸ਼ੀ ਨਹੀਂ ਫੜੇ। ਕੱਲ੍ਹ ਅਸੀਂ ਥਾਣੇ ਦਾ ਘਿਰਾਓ ਕੀਤਾ ਸੀ, ਉਦੋਂ ਬਾਅਦ ਜਾ ਕੇ ਕਿਤੇ ਰੈਸਟ ਪਾਈ ਆ, ਹਜੇ ਵੀ ਉਹ ਇੱਕ ਦੋਸ਼ੀ ਰਹਿੰਦਾ। ਅਸੀਂ ਜਿਹੜਾ ਬਦਲਾਅ ਲਿਆਂਦਾ ਭਗਵੰਤ ਮਾਨ ਸਰਕਾਰ ਦਾ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੇ ਕੋਈ ਸਾਡੇ ਜਥੇਬੰਦੀਆਂ ਦਾ ਪ੍ਰੋਗਰਾਮ ਹੁੰਦਾ ਤਾਂ ਸਾਡੇ ਖੇਤਾਂ 'ਚ ਵੀ ਜਾ ਕੇ ਨਾ, ਮਗਰ ਸਾਡੇ ਮੋਬਾਈਲ ਟਰੇਸ ਉਹਦੇ ਕਰਕੇ ਉਹਦੀ ਲਾ ਕੇ ਲੋਕੇਸ਼ਨ ਸਾਨੂੰ ਫੜਿਆ ਜਾਂਦਾ। CID ਬਿੰਦੇ ਬਿੰਦੇ ਫੋਨ ਕਰਦੀ ਆ, ਇਹ ਐਡੀ ਵੱਡੀ ਘਟਨਾ ਹੋਈ ਆ ਕਿ ਧੀ ਦਾ ਕਤਲ ਹੋਇਆ, ਉਹਨਾਂ ਦੀ ਪੈਲੀ ਵੀ ਲਿਖਾ ਲਈ ਆ, ਪੈਸੇ ਵੀ ਉਹਨਾਂ ਦੇ ਨਾਲ ਲੱਗੇ ਹੋਏ ਆ, ਪਰ ਉਹ ਕਾਤਲਾ ਤੱਕ ਹਜੇ ਤੱਕ ਪਹੁੰਚ ਨਹੀਂ ਗਈ ਪੁਲਿਸ ਦੀ। ਇਹ ਜਿਹੜਾ ਬਦਲਾਵ ਆ ਇਹ ਥੋਥਾ, ਭਗਵੰਤ ਮਾਨ ਸਰਕਾਰ ਫੇਲ ਆ, ਐਡੇ ਐਡੇ ਕਤਲ ਹੋ ਰਹੇ ਆ, ਲੁੱਟਾਂ ਖੋ ਹੋ ਰਹੀਆਂ, ਇਸ ਕਰਕੇ ਜਥੇਬੰਦੀਆਂ ਨੇ ਇਹਦਾ ਵਿਰੋਧ ਕੀਤਾ। ਹੁਣ ਤੱਕ ਤੁਹਾਨੂੰ ਕਿਸੇ ਨੇ, ਪੁਲਿਸ ਪ੍ਰਸ਼ਾਸਨ ਨੇ, ਕਿਸੇ ਅਧਿਕਾਰੀ ਨੇ ਜਾ ਕੇ ਵਧਾਇਕ ਨੇ ਕੋਈ ਵਿਸ਼ਵਾਸ ਕਰਵਾਇਆ? ਵਿਧਾਇਕ ਤਾਂ ਆਇਆ ਹੀ ਨਹੀਂ ਜੀ ਕੋਈ, ਡਿਪਟੀ ਹੈ, ਹਾਂ ਪੁਰਾਣਾ ਆਇਆ ਸੀ, ਹੁਣ ਵਾਲਾ ਤਾਂ ਨਹੀਂ ਆਇਆ। ਹਾਂ ਹੁਣ ਵਾਲਾ ਕੋਈ ਨਹੀਂ ਆਇਆ ਵਿਧਾਇਕ, ਅਤੇ ਡਿਪਟੀ ਆਇਆ ਸੀਗਾ, ਉਹ ਇਹੀ ਕਹਿ ਕੇ ਚਲੇ ਗਏ ਵੀ ਫੜਨਾਗੇ, ਪਰ ਉਹ ਜਦੋਂ ਫੜਨਗੇ ਉਦੋਂ ਪਤਾ ਲੱਗੋ, ਆਹ ਜਿਹੜੇ ਕੱਲ੍ਹ ਦੋਸ਼ੀ ਫੜੇ ਆ ਉਹ ਵੀ ਸਾਡਾ ਥਾਣੇ ਦੇ ਘਰਾਉਣਾ ਫੜੇ ਆ। ਹਾਂਜੀ, ਸਾਡੀ ਮੰਗ ਇਹ ਆ ਵੀ ਜਿਹੜੇ ਕਾਤਲ ਆ ਉਹ ਸਾਰਿਆਂ ਦੀ ਅਰੈਸਟ ਹੋਵੇ, ਉਹਨਾਂ ਨੂੰ ਫਾਂਸੀ ਦਿੱਤੀ ਜਾਵੇ,
ਅਤੇ ਜਿਹੜੀ ਪਰਿਵਾਰ ਦੀ ਪੈਲੀ ਲਿਖਾਈ ਗਈ ਆ ਉਹ ਧੋਖਾਧੜੀ ਦਾ ਉਹਨਾਂ 'ਤੇ ਪਰਚਾ ਹੋਵੇ ਵੀ ਇਹਨਾਂ ਨੇ ਧੋਖੇ ਨਾਲ ਪੈਲੀ ਲਿਖਾਈ ਆ, ਇਹਨਾਂ ਨੇ ਜਿਹੜਾ ਜਿੰਨਾ ਅਤੇ ਉਹ ਜਿਹੜੀ ਪੈਲੀ ਵਾਪਸ ਕੀਤੀ। ਮੇਰਾ ਨਾਂ ਗੁਰਚੰਦ ਸਿੰਘ ਆ, ਕਿਰਤ ਕਿਸਾਨ ਯੂਨੀਅਨ ਬਲਾਕ ਪ੍ਰਧਾਨ ਜਗਰਾਓਂ। ਜਿਹੜਾ ਲੱਖੇ ਮਾਮਲਾ ਘਟਨਾ ਹੋਈ, ਇੱਕ ਧੀ ਦਾ ਕਤਲ ਹੋਇਆ, ਇਹ ਵਿਦੇਸ਼ ਜਾਣ ਦੇ ਨਾਂ 'ਤੇ ਜਿਹੜੇ ਇਹੋ ਜਿਹੇ ਡਾਕੂ ਬੈਠੇ ਆ, ਬੇਕਿਰਕ ਬੰਦੇ, ਪਹਿਲਾਂ ਪੈਲੀਆਂ ਲਿਖਾਉਂਦੇ ਆ ਫਿਰ ਲਿਆ ਕੇ ਕਤਲ ਕਰਦੇ ਆ ਵੀ ਇਸ ਗੱਲ ਨੂੰ ਅਸੀਂ ਪੈਸੇ ਵੀ ਲੈਂਦੇ ਆ ਪੈਲਸਾਂ 'ਚ ਵਿਆਹ ਕਰਨ ਦਾ, ਫਿਰ ਦੁਬਾਰੇ ਉਹ ਕਟੰਬ ਰਚਦੇ ਆ, ਪਹਿਲਾਂ ਪੈਲੀ ਲਿਖਾਉਂਦੇ ਆ। ਅਸੀਂ ਇਹ ਕਹਿੰਦੇ ਹਾਂ ਵੀ ਭਗਵੰਤ ਮਾਨ ਜਿਹੜੀ ਸਰਕਾਰ ਆ ਵੱਡੇ ਵੱਡੇ ਚੁਟਕਲੇ ਛੱਡਦਾ ਹੁੰਦਾ ਸੀ, ਅੱਜ ਉਹ ਨਾਕਾਮ ਹੋ ਚੁੱਕਿਆ, ਬੇਕਾਰ ਹੋ ਗਿਆ, ਖੋਖਲਾ ਹੋ ਚੁੱਕਿਆ, ਇਕੱਲੇ ਉਹਦੇ ਇਕੱਲੀਆਂ ਚੁਟਕਲੇ ਹੀ ਰਹਿ ਗਏ, ਨਿਆਂ ਕਿਸੇ ਨੂੰ ਮਿਲ ਨਹੀਂ ਰਿਹਾ। ਪੁਲਿਸ ਆ ਜਿਹੜੀ ਇਹ ਜੇ ਚਾਹੇ ਤਾਂ ਇਹ ਅੱਧੇ ਘੰਟੇ 'ਚ ਫੜ ਲੈਂਦੀ ਹੈ ਬੰਦੇ ਨੂੰ, ਜਦੋਂ ਇਹਨਾਂ ਨੂੰ ਗੀਸੇ ਭਰੇ ਦੀਦੇ ਆ ਫਿਰ ਇਹ ਨਹੀਂ ਫੜਦੀ, ਫਿਰ ਇਹ ਟਾਲ ਮਟੋਲ ਕਰਦੀ ਆ, ਕਦੇ ਕਹਿੰਦੀ ਆ ਡਾਕਟਰ ਦਾ ਨਹੀਂ ਸਹੀ ਲਿਖਿਆ, ਕਦੇ ਕਹਿੰਦੇ ਫਲਾਨੇ ਦਾ ਨਹੀਂ ਸਹੀ ਲਿਖਿਆ, ਇਹਨਾਂ ਦਾ ਸਾਰਾ ਟਾਲਾ ਹੁੰਦਾ। ਪਰ ਜਿੰਨਾ ਚਿਕਰ ਇਹ ਬੰਦੇ ਅਤੇ ਉੱਥੇ ਬੰਦੇ ਨੂੰ ਅਰੈਸਟ ਨਹੀਂ ਕਰਦੇ ਉਹਨਾਂ ਚਿਕਰ ਅਸੀਂ ਇੱਥੇ ਧਰਨੇ 'ਚ ਹਾਜ਼ਰੀ ਰਹਾਂਗੇ, ਸਾਰੀ ਜਥੇਬੰਦੀਆਂ ਹਾਜ਼ਰ ਰਹਿਣਗੀਆਂ। ਨਹੀਂ ਇਹ ਲਗਾਤਾਰ ਚੱਲੂਗਾ ਧਰਨਾ, ਜੋ ਕਮੇਟੀ ਇੱਥੇ ਬਣੀ ਹੋਈ ਹੈ, ਜੋ ਕਮੇਟੀ ਦਾ ਫੈਸਲਾ, ਅਸੀਂ ਕਿਰਤੀ ਕਿਸਾਨ ਯੂਨੀਅਨ ਕੰਨਿਓ ਪੂਰਾ ਸਹਿਯੋਗ ਦੇਵਾਂਗੇ, ਹਰ ਗੱਲ ਅਸੀਂ ਉਹਨਾਂ ਦੀ ਮੰਨਾਂਗੇ ਜਿਹੜੀ ਵੀ ਉਹਨਾਂ ਨੇ ਫੈਸਲਾ ਕਰ ਲਿਆ, ਅਸੀਂ ਘਰ ਵਾਲਿਆਂ ਦੇ ਨਾਲ ਹਾਂ, ਜਦ ਵੀ ਲੋੜ ਆ ਸਾਡੀ ਹਾਂ ਹਰ ਰਾਹ ਹਾਲਤ ਅਸੀਂ ਪੂਰੇ ਇਹਨਾਂ ਨਾਲ ਸਹਿਯੋਗ ਦੇਵਾਂਗੇ।